ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਵਨੀਤ ESS ਗਲੋਬਲ ਤੋਂ IELTS ਵਰਸਸ PT ਕੈਨੇਡਾ ਸਟੱਡੀ ਵੀਜ਼ਾ ਦੇ ਲਈ ਇੱਕ ਬਹੁਤ ਵੱਡਾ ਸਵਾਲ ਆ ਬੱਚਿਆਂ ਦੇ ਮਨ ਦੇ ਵਿੱਚ ਕਿ IELTS ਕਰੀਏ ਕਿ PT ਕਰੀਏ ਕਿਉਂਕਿ ਮਾਰਕੀਟ ਦੇ ਵਿੱਚ ਬੱਚੇ ਜਦੋਂ ਸੁਣਦੇ ਆ ਕਿ ਸਰ PT ਦਾ ਵੀ ਵੀਜ਼ੇ ਆ ਰਹੇ ਬੱਚਿਆਂ ਦੇ ਤੇ ਫਿਰ IELTS ਔਖੀ ਆ IELTS ਕਰਨ ਦੀ ਕੀ ਲੋੜ ਆ ਕਿਉਂਕਿ ਬੱਚੇ ਜਦੋਂ IELTS ਕਰਦੇ 6 ਬੈਂਡ 6.5 ਬੈਂਡ ਤੇ ਆ ਜਾਂਦੇ ਬਟ ਕਿਸੇ ਇੱਕ ਮੋਡਿਊਲ ਚੋਂ 5.5 ਬੈਂਡ ਰਹਿ ਜਾਂਦੇ ਜਿਹਦੇ ਕਰਕੇ ਬੱਚੇ ਕੀ ਪ੍ਰੈਫਰ ਕਰਦੇ ਮੈਂ PT ਕਰ ਲਾਂ ਕਿਉਂਕਿ ਉਹਨਾਂ ਨੂੰ ਲੱਗਦਾ ਕਿ PT ਦੇ ਵਿੱਚੋਂ ਉਹਨਾਂ ਦੇ 57 58 ਜਾਂ 60 ਸਕੋਰ ਆ ਸਕਦੇ ਆ ਕਾਉਂਸਲਿੰਗ ਕਰਦੇ ਆ ਰਿਫਿਊਜ਼ਲਸ ਵੀ ਦੇਖਦੇ ਕੇਸਿਸ ਦੀ ਬੱਚਿਆਂ ਦੀ ਬੱਚੇ ਦੇ PT ਸਕੋਰ ਵੀ 60-65 ਹੈ ਜਾਂ IELTS 6.5 ਬੈਂਡ ਆ ਬਟ ਫਿਰ ਵੀ ਬੱਚੇ ਦੀ ਫਾਈਲ ਰਿਜੈਕਟ ਹੋ ਜਾਂਦੀ ਸੋ ਬੱਚਾ ਉੱਥੇ ਇੱਕ ਕਨਫਿਊਜ਼ ਆ ਕਿ IELTS ਕਰਾਂ ਜਾਂ PT ਕਰਾਂ ਕਾਉਂਸਲਿੰਗ ਦੇ ਵਿੱਚ ਵੀ ਡੇਲੀ ਬੱਚੇ ਦੇ ਸੇਮ ਹੀ ਸਵਾਲ ਹੁੰਦੇ ਆ ਸੋ ਮੇਜਰ ਕਨਸਰਨ ਜਿਹੜਾ ਕੈਨੇਡਾ ਦੇ ਵਿੱਚ ਆਪਾਂ ਬੱਚੇ ਨੂੰ ਦੱਸ ਦਿੰਦੇ ਆ ਕਿ ਜਿਹੜਾ PT ਹੈ PT ਨੂੰ ਕੈਨੇਡਾ ਨੌਨ STS ਦੇ ਵਿੱਚ ਟ੍ਰੀਟ ਕਰਦਾ ਹੈ IELTS ਨੂੰ ਕੈਨੇਡਾ STS ਕੈਟਾਗਰੀ ਦੇ ਵਿੱਚ ਟ੍ਰੀਟ ਕਰਦਾ ਕਿ ਬੱਚੇ ਦੇ ਮਨ 'ਚ ਇਹ ਨਹੀਂ ਹੈ ਕਿ ਜੇ ਮੇਰਾ PT ਸਕੋਰ 58 ਜਾਂ 60 ਆ ਗਿਆ ਤੇ ਮੇਰੇ 6 ਇੰਚ ਬੈਂਡ ਬਣ ਗਏ ਮੇਰੀ ਫਾਈਲ SDS ਕੈਟਾਗਰੀ 'ਚ ਲੱਗ ਜਾਏਗੀ SDS ਕੈਟਾਗਰੀ 'ਚ ਸਿਰਫ ਤੇ ਸਿਰਫ IELTS 6 ਇੰਚ ਬੈਂਡ ਵਾਲੀ ਦੀ ਫਾਈਲ ਲੱਗੇਗੀ PT ਦੀ ਫਾਈਲ ਨੌਨ STS ਕੈਟਾਗਰੀ 'ਚ ਲੱਗੇਗੀ ਭਾਵੇਂ ਤੁਹਾਡਾ 70 ਸਕੋਰ ਵੀ ਹੈ ਭਾਵੇਂ 65 ਸਕੋਰ ਵੀ ਹੈ ਸੋ ਇੱਥੇ ਮੇਜਰ ਡਿਫਰੈਂਸ ਆ ਜਾਂਦਾ ਜਦੋਂ ਬੱਚੇ ਦੀ ਫਾਈਲ ਨੌਨ STS ਕੈਟਾਗਰੀ 'ਚ ਲੱਗਦੀ ਆ ਤੇ ਕੈਨੇਡਾ ਦਾ ਜਿਹੜਾ ਸਕਸੈਸ ਰੇਟ ਹੈ ਉਹ ਨੌਨ STS ਕੈਟਾਗਰੀ 'ਚ SDS ਨਾਲੋਂ ਕਾਫੀ ਘੱਟ ਆ ਸੋ ਮੈਂ ਸਾਰੇ ਸਟੂਡੈਂਟਸ ਨੂੰ ਇਹੀ ਗੁਜਾਰਿਸ਼ ਕਰਦਾ ਕਿ ਜੇ ਤੁਸੀਂ ਫਸਟ ਟਾਈਮ ਅਪਲਾਈ ਕਰ ਰਹੇ ਹੋ ਪਹਿਲੀ ਪ੍ਰੈਫਰੈਂਸ IELTS ਨੂੰ ਦਿਓ ਜੇ IELTS ਤੋਂ ਤੁਹਾਡੇ 6 ਇੰਚ 6.5 ਬੈਂਡਸ ਆਉਂਦੇ ਆ ਤੇ ਆਪਣੀ ਫਾਈਲ 100% IELTS ਨਾਲ ਲਾਂਚ ਕਰੋ ਹਾਂ ਤੁਸੀਂ 2-3 ਵਾਰੀ IELTS ਕਰ ਲਈ ਆ ਤੁਹਾਨੂੰ ਲੱਗਦਾ ਕਿ ਨਹੀਂ ਮੈਂ ਇੱਕ ਵਾਰੀ ਆਪਣੀ ਕਿਸਮਤ ਅਜਮਾ ਕੇ ਦੇਖਣਾ ਚਾਹੁੰਦਾ ਜਾਂ ਮੈਂ ਤੇ ਕਰਨਾ ਹੀ ਕੈਨੇਡਾ ਦਾ ਸਟੱਡੀ ਵੀਜ਼ਾ ਅਪਲਾਈ ਆ ਤਾਂ ਤੁਸੀਂ ਦੂਸਰੀ ਪਹਿਲ PT ਸਕੋਰ ਨੂੰ ਦਿਓ ਆਪਣਾ ਅੱਛਾ PT ਦਾ ਸਕੋਰ ਲੈ ਕੇ ਫਿਰ ਆਪਣੀ ਫਾਈਲ ਅਪਲਾਈ ਕਰਿਓ ਬਟ ਇਸ ਚੀਜ਼ ਦਾ ਜ਼ਰੂਰ ਖਾਸ ਖਿਆਲ ਰੱਖੋ ਕਿ ਤੁਸੀਂ IELTS ਵਾਲੇ ਬੱਚੇ ਦੇ ਨਾਲੋਂ ਇੱਕ ਸਟੈਪ ਪਿੱਛੇ ਆ ਸੋ PT ਅਗਰ ਕਰ ਲਈ ਹੈ PT 'ਚ ਅੱਛਾ ਸਕੋਰ ਆ ਜਾਂਦਾ ਉਹਦੇ ਲਈ ਸਾਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਕੋਸ਼ਿਸ਼ ਕਰੋ ਆਪਣੇ ਪਰਿਵਾਰ ਦੀ ਆਮਦਨ ਦੇ ਪੇਪਰ ਸਾਰੇ ਨਾਲ ਲਗਾਓ ਐਂਡ ਅੱਛੀ ਪਰਿਵਾਰ ਦੀ ਆਮਦਨ ਲਗਾਓ 10 ਤੋਂ 12 ਲੱਖ ਰੁਪਇਆ ਮਿਨੀਮਮ ਪਰਿਵਾਰ ਦੀ ਆਮਦਨ ਨਾਲ ਲਗਾਓ CA ਦੀ ਰਿਪੋਰਟ ਵੈਲਿਊਏਸ਼ਨ ਰਿਪੋਰਟ ਨਾਲ ਲਗਾਓ ਜਿਹਦੇ ਵਿੱਚ ਕਿ ਤੁਹਾਡੀ ਇਹ ਸਾਰੇ ਰੀਜ਼ਨ ਸ਼ੋ ਹੋਣਾ ਬੈਸੀ ਨੂੰ ਕਿ ਤੁਸੀਂ ਜਾ ਕੇ ਵਾਪਸ ਕਿਉਂ ਆਉਣਾ ਤੇ ਤੁਹਾਡਾ ਜਾਣ ਦਾ ਕਾਰਨ ਪਰਪਸ ਜਿਹੜਾ ਆ ਉਹਨਾਂ ਨੂੰ ਕਲੀਅਰ ਹੋ ਸਕੇ ਕਿਉਂਕਿ ਜਿੰਨੀਆਂ ਵੀ ਰਿਫਿਊਜ਼ਲਸ ਆ ਉਹਦੇ ਵਿੱਚ ਵੀਜ਼ਾ ਆਫੀਸਰ ਨੂੰ ਪਰਪਸ ਆਫ ਵਿਜ਼ਿਟ ਕਲੀਅਰ ਨਹੀਂ ਹੁੰਦਾ ਸੋ ਇਹ ਸਾਰੀਆਂ ਚੀਜ਼ਾਂ ਦਾ ਆਪਾਂ ਨੂੰ ਖਾਸ ਖਿਆਲ ਰੱਖਣਾ ਪੈਂਦਾ ਐਂਡ ਸਭ ਤੋਂ ਮੋਰ ਇੰਪੋਰਟੈਂਟ ਆਪਣੀ SOP ਦੇ ਉੱਤੇ ਵੀ ਜ਼ੋਰ ਦਿਓ ਕਿ ਅਸੀਂ ਵੀਜ਼ਾ ਆਫੀਸਰ ਨੂੰ ਇਹ ਚੀਜ਼ ਸਮਝਾ ਸਕੀਏ ਕਿ ਅਸੀਂ ਕਿਹੜੇ ਕੋਰਸ ਵਾਸਤੇ ਚੱਲੇ ਹਾਂ ਕੀ ਸਾਡੀ ਇੱਥੇ ਦੀ ਕੁਆਲੀਫਿਕੇਸ਼ਨ ਹੈ ਤੇ ਉਸ ਕੋਰਸ ਦੇ ਸਾਨੂੰ ਫਿਊਚਰ 'ਚ ਕੀ ਬੈਨੀਫਿਟ ਮਿਲਣਗੇ ਅਗਰ ਇਹ ਸਾਰੀਆਂ ਚੀਜ਼ਾਂ ਆਪਾਂ ਕਲੀਅਰ ਕਰਕੇ ਫਾਈਲ ਲਗਾ ਰਹੇ ਹਾਂ ਫਿਰ ਹੀ PT ਦੇ ਵਿੱਚ ਫਾਈਲ ਲਗਾਓ ਐਂਡ ਫਿਰ ਮੈਂ ਬਾਰ ਬਾਰ ਰਿਪੀਟ ਕਰ ਰਿਹਾ ਕਿ IELTS ਵਾਲੇ ਬੱਚੇ ਨਾਲੋਂ ਤੁਸੀਂ ਇੱਕ ਸਟੈਪ ਪਿੱਛੇ ਹੋ ਸੋ ਕੋਸ਼ਿਸ਼ ਕਰੋ ਫਸਟ ਪ੍ਰੈਫਰੈਂਸ IELTS ਨੂੰ ਦਿਓ ਥੈਂਕ ਯੂ